ਤੁਸੀਂ ਵੇਖ ਰਹੇ ਹੋ ਏਬੀਪੀ ਸਾਂਝਾ ਜੋਸ਼ ਜਜ਼ਬਾ ਜਨੂਨ ਇਹ ਮੈਨੂੰ ਸਭ ਤੋਂ ਜ਼ਿਆਦਾ ਡਿਫਰੈਂਟ ਸਭ ਤੋਂ ਜ਼ਿਆਦਾ ਕੁਆਕੀ ਲੱਗਿਆ ਇਹ ਰੋਲ ਉਮੀਦ ਕਰਦਾ ਹਾਂ ਕਿ ਵੀ ਆਡੀਅנס ਨੂੰ ਵੀ ਇਹੀ ਲੱਗੇ ਜਿਹੜਾ ਕਿ ਮੈਂ ਪੂਰੀ ਪਰਫਾਰਮੈਂਸ ਦੇ ਅੰਦਰ ਦਿੱਤੀ ਇੱਥੇ ਦਾ ਫ੍ਰੈਂਡਸ ਐਂਡ ਖਾਣਾ ਪੀਣਾ ਆਬੋ ਹਵਾ ਇਹ ਮੈਨੂੰ ਕਿਤੇ ਵੀ ਹੋਰ ਨਹੀਂ ਮਿਲਦੀ ਮੇਰੀ ਬੜੀ ਯਾਦਾਂ ਜੁੜੀਆਂ ਮੇਰੇ ਮਦਰ ਦੀ ਮੇਰੇ ਫਾਦਰ ਦੀ ਸਾਰੇ ਅਮੀਤੇ ਓਬਵੀਅਸਲੀ ਸ਼ੂਟਿੰਗ ਇਨ ਪੰਜਾਬ ਆਲਵੇਜ਼ ਹੈਜ਼ ਅ ਐਜ ਅਬਵ ਦੀ ਅਦਰਸ ਇਹ ਤਾਂ ਉਹ ਥਾਂ ਹੈ ਕਿ ਮੈਂ ਜੇ ਸ਼ੂਟਿੰਗ ਨਾ ਵੀ ਹੋ ਤਾਂ ਵੀ ਆ ਜਾਂਦਾ ਐਵੇਂ ਚਲੋ ਗੇੜਾ ਮਾਰ ਰਹੀ ਹੈ ਸੋਚ ਲੈਦਾ ਹੈ ਇਹ ਜਿਹੜਾ ਲੋਗੋ ਹੈ ਏ ਬੀ ਪੀ ਇਟਸ ਬੀਨ ਯਾ ਏ ਬੀ ਪੀ ਸਾਂਝਾ ਇਟਸ ਵਨ ਆਫ ਮਾਈ ਫੇਵਰੇਟ ਵਨਸ ਮੋਸਟ ਆਫ ਦੀ ਇੰਟਰਵਿਊਜ਼ ਦੈਟ ਆਈਵ ਡਨ ਔਨ ਦਿਸ ਦੇ ਟਰਨਡ ਆਊਟ ਰੀਲੀ ਸੁਪਰਬ ਐਂਡ ਟਾਕਿੰਗ ਵਿਦ ਦਿਸ ਰਿਮੈਂਬਰ ਦਿਸ ਲੋਗੋ ਏ ਬੀ ਪੀ ਸਾਂਝਾ ਇਟਸ ਆਲਵੇਜ਼ ਅ ਪਲੇਜ਼ਰ सो इस वक्त मेरे नाल मौजूद है पंजाबी इंडस्ट्री के बहुत ही टैलेंटेड एक्टर जो इस साल बहुत कुछ लेके आ रहे हैं तो उन्होंने विचों एक है फिल्म साख बहुत बहुत स्वागत है मुगल एवी पसंद थैंक यू वेरी मच और क्या हाल चाल ने बहुत वधिया जी जो भी किसी फिल्म च आई मीन तुसी पार्ट होंगे ना आई मीन ऑडियंस गेट वेरी एक्साइटेड है ना कि इस बार यू नो मुकुल की धमाल पाने वाला है जो मैं इस फिल्म की गल करा ना साख सो इस फिल्म च आई मीन किस तरह का तुहाडा किरदार रहने वाला है Firstly, yeah, I'd like to say it's a very, very great feeling to know that audiences actually look forward to my work like that, and it's really a blessing. As film che again, I've tried my best to kuch nava, something out of the box, something that I've not done before ever before. Audiences have not seen me in that role before. I've tried something like that, and I really hope it comes across like that, because as this role was written in the script. ਇਹ ਮੈਨੂੰ ਸਭ ਤੋਂ ਜ਼ਿਆਦਾ ਡਿਫਰੈਂਟ ਸਭ ਤੋਂ ਜ਼ਿਆਦਾ ਕੁਆਕੀ ਲੱਗਿਆ ਇਹ ਰੋਲ ਅਤੇ ਇਹ ਮੈਂ ਉਮੀਦ ਕਰਦਾ ਕਿ ਬਈ ਆਡੀਅੰਸਿਸ ਨੂੰ ਵੀ ਇਹੀ ਲੱਗੇ ਜਿਹੜਾ ਕਿ ਮੈਂ ਪੂਰੀ ਪਰਫਾਰਮੈਂਸ ਦੇ ਅੰਦਰ ਦਿੱਤੀ ਹੈ ਇਟ ਸ਼ੁੱਡ ਕਮ ਅਕ੍ਰੋਸ ਲਾਈਕ ਦੈਟ ਯਾ ਆਈ ਮੀਨ ਤੁਸੀਂ ਨਾ ਜ਼ਿਆਦਾਤਰ ਆਪਣੇ ਮਤਲਬ ਕਿ ਗ੍ਰੇ ਸ਼ੇਡ ਔਰ ਨੈਗੇਟਿਵ ਕਿਰਦਾਰ ਲਈ ਆਈ ਮੀਨ ਯੂ ਆਰ ਨੋਨ ਮੋਰ ਰਾਈਟ ਬਟ ਆਟ ਦ ਬੈਕ ਆਫ ਦ ਮਾਈਂਡ ਕਈ ਵਾਰ ਹੁੰਦਾ ਵੀ ਹੈ ਕਿ ਯਾਰ ਆਈ ਸ਼ੁੱਡ ਯੂ ਨੋ ਲਾਈਕ ਡੂ ਸਮਥਿੰਗ ਆਊਟ ਆਫ ਦ ਬਾਕਸ ਕਿ ਕਿਤੇ ਕੋਈ ਟਾਈਪ ਕਾਸਟ ਨਾ ਮਤਲਬ ਹੋ ਜਾਏ ਲਾਈਕ ਹੋ ਜਾਏ ਉਹ ਵੀ ਫੇਅਰ ਹੁੰਦਾ ਵੀ ਐਜ਼ ਐਨ ਐਕਟਰ ਟੂ ਗੈਟ ਟਾਈਪ ਕਾਸਟ ਐਬਸੋਲੂਟਲੀ ਦੈਟਸ ਅ ਫੇਅਰ ਦੈਟ ਐਵਰੀ ਐਕਟਰ ਹੈਜ਼ ਐਂਡ ਉਸੇ ਕੇ ਸਾਰੇ ਜੋ ਹੈ ਯੂ ਨੋ ਦੈਟਸ ਹਾਊ ਵੀ ਆਰ ਵੀ ਗੋ ਫਾਰਵਰਡ ਇਨ ਲਾਈਫ ਐਂਡ ਟਾਈਪ ਕਾਸਟ ਦਾ ਇਹ ਹੈ ਕਿ From the very beginning of my career, I've always tried my best to do different things, different genres, and you know, try and do roles where I don't get typecast. But there comes a point where sometimes you have to choose out of the best that is available to you. There are sometimes roles that are very similar, but within that you have to see, okay, how similar are they to each other, and then you know, one goes on. But here was a role which was totally out of the box, something that I've not even ventured near, something that I've never done. ਅਤੇ ਇਹਨੂੰ ਚੂਜ਼ ਕਰਨਾ ਬਹੁਤ ਸੌਖਾ ਹੋਇਆ ਮੇਰੇ ਲਈ ਬਹੁਤ ਆਸਾਨ ਹੋ ਗਿਆ ਕਿਉਂਕਿ ਜਿਹੜਾ ਰੋਲ ਔਨ ਪੇਪਰ ਇਟਸੈਲਫ ਦ ਵੇ ਇਟ ਵਾਜ਼ ਰਿਟਨ ਆਪਣੇ ਆਪ 'ਚ ਹੀ ਇੱਕ ਜਿਹਨੇ ਕਹਿ ਸਕਦੇ ਹੀ ਇਜ਼ ਲਾਈਕ ਐਨ ਆਈਟਮ ਇਨ ਦ ਫਿਲਮ ਯਾ ਕਿ ਪਰਸਨਲੀ ਜੋ ਹੈ ਮੁਕੁਲ ਉਹ ਕੌਮੇਡੀ ਰੋਲਸ ਨੂੰ ਕਿੰਨਾ ਇੰਜੋਏ ਕਰਦਾ ਹੈ ਮਤਲਬ ਹੈ ਨਾ ਆਈ ਮੀਨ ਯੂ ਇੰਨਾ ਜ਼ਿਆਦਾ ਮੌਕਾ ਨਹੀਂ ਮਿਲਦਾ ਕੌਮੇਡੀ ਹੈ ਨਾ ਲਾਈਕ ਕਰਨ ਦਾ ਸੋ ਪਰਸਨਲੀ ਕਿੰਨਾ ਇੰਜੋਏ ਕਰਦੇ ਹੋ ਜਦੋਂ ਤੁਹਾਡੇ ਕੋਲ ਕੌਮੇਡੀ ਵਾਲੇ ਨਾ ਆਉਂਦੇ ਹੈ ਬਹੁਤ ਜ਼ਿਆਦਾ ਜੀ ਮੈਂ ਆਪਣੀ ਫਿਲਮ ਕਰੀਅਰ ਦੀ ਸ਼ੁਰੂਆਤ ਜਦੋਂ ਕੀਤੀ ਸੀ 1996 ਤੋਂ ਫਰੋਮ ਦੈਟ ਟਾਈਮ ਔਨਵਰਡਸ ਮੋਸਟਲੀ ਆਈ ਡਿਡ ਕਾਮੇਡੀ ਕਾਮਿਕ ਰੋਲਸ ਐਂਡ ਨਾਓ ਵੈਨ ਆਈ ਗੈਟ ਕਾਮਿਕ ਰੋਲਸ ਇਟਸ ਆਲਮੋਸਟ ਲਾਈਕ ਅ ਸਟ੍ਰੈਸ ਬਸਟਰ ਯੂ ਨੋ ਡੂਇੰਗ ਐਕਸ਼ਨ ਇਜ਼ ਐਟ ਦੀ ਐਂਡ ਆਫ ਦ ਡੇ ਐਕਸ਼ਨ ਇਜ਼ ਐਕਸ਼ਨ ਉਹ ਹਾਰਨਸ ਵਗੈਰਾ ਪਾਓ ਯੂ ਨੋ ਲੰਬੇ ਪਏ ਰਹੋ ਜਾਂ ਲਟਕੇ ਰਹੋ ਕਿਤੇ ਛਲਾਂਗਾ ਛਾਲਾ ਮਾਰੋ ਇਹ ਕਰੋ ਸਾਰਾ ਕੁਝ ਸਮਰੇ ਟੇਕਸ ਅ ਟੋਲ ਇਨ ਯੂ Whereas comedy is something, you know, very relaxed. Shooting is like a picnic and it de-stresses you, it de-stresses the people who are watching you. It's fun, laughter. And comedy, I don't know, a lot of people don't know this because I began my entire career doing comedy, so it comes very naturally to me. I don't have to really try hard to be funny sometimes. This has been told to me by a lot of directors. I don't know whether to take it as a compliment or whether to get offended by it. ਮੈਂ ਤੁਸੀਂ ਤੇਰੇ ਕੋਲ ਦੇਖ ਕੇ ਹੱਸੀ ਆ ਜਾਂਦੀ ਹੈ ਸੋ ਆਈ ਡੋਟ ਨੋ ਵਟ ਦੈਟ ਇਜ਼ ਬਟ ਐਜ਼ ਫਾਰ ਐਜ਼ ਕਾਮੇਡੀ ਗੋਜ਼ ਆਈ ਗੈਸ ਇਟ ਸੀਮਸ ਟੂ ਵਰਕ ਫਾਰ ਮੀ ਆਈ ਰਿਮੈਂਬਰ ਆਈਵ ਸੀਨ ਅ ਫਿਲਮ ਲਿਟਨ ਆਫ ਸਰਦਾਰ ਯੂ ਨੋ ਔਰ ਉਹਦੇ ਵਿੱਚ ਜੋ ਤੁਸੀਂ ਕਾਮੇਡੀ ਕੀਤੀ ਹੈ ਆਈ ਮੀਨ ਇਟ ਲੁੱਕਸ ਸੋ ਨੈਚੁਰਲ ਤੇ ਸੱਚ ਸਿਚੁਏਸ਼ਨਲ ਰਾਈਟ ਹਾਂਜੀ ਬਹੁਤ ਬਿਹਤਰੀਨ ਕਾਮੇਡੀ ਬਿਲਕੁਲ ਜੀ ਦੈਟਸ ਦ ਰਾਈਟਰਸ ਯੂ ਕੁਡ ਸੇ ਦ ਰਾਈਟਰਸ ਬਾਲ ਗੇਮ ਹੀ ਰੋਟ ਦੈਟ ਰੋਲ ਸੋ ਵੈਲ ਐਂਡ ਦੇ ਵਰ ਵੈਰੀ ਕਲੀਅਰ ਫਰਮ ਦ ਵੈਰੀ ਬਿਗਨਿੰਗ ਕਿ ਇਹ ਰੋਲ ਮੁਕੁਲ ਹੀ ਕਰੇਗਾ ਦੇ ਇਹ ਮੁਕੁਲ ਹੈ ਸੋ ਵੋ ਡਾਇਰੈਕਟਰ ਮੁਝੇ ਪਹਿਲੇ ਸੇ ਜਾਣਦਾ ਥਾ
तो आई सेड कि यार तेरी ओपिनियन मेरे बारे में बड़ी अजीब है, मतलब मैं हूँ मतलब क्या. सो दैट्स हाउ दैट रोल केम अबाउट. परफेक्टली सूटेड. या आई डिड इट, डिड. या आई मीन तुसी पंजाबी एंड बॉलीवुड फिल्मों से लाइक तुसी काम कर चुके होते, लोग अक्सर कंपेयर करते हैं इन दोनों फिल्म इंडस्ट्रीज, राइट? सो बट रिसेंट टाइम जो असी देखा कि पंजाबी इंडस्ट्री हैज ग्रोन, इट इज ब्लूमिंग, राइट? लाइक जो कॉन्सेप्ट्स लाइक असी देखे हैं, आई मीन इट्स डिफरेंट फ्रॉम कॉमेडी की जो लेयर होती है ना. सो डू यू थिंक सो दैट इट्स अ बेस्ट फेज फॉर पंजाबी इंडस्ट्री, इट्स ब्लूमिंग? एब्सोल्युटली, आउट ऑफ ऑल द फेजेस दैट आई हैव सीन सो फार, unless you're talking about a very very old phase which had films like Nanak Naam Jahaz and you know those kind of films, that was also a great phase. But after that Punjabi films did start getting a bit typecast, I do understand. But now with films like Manje Bistre, films like Bamboo Cart, all these kind of films that have come up, Masala Manjeet Singh, so there is a realistic flavor that's coming about which is very very healthy. And considering that Punjab is a place which has all the talent, it has a lot of money, it has a lot of people wanting to make films, when good content creeps inside all of these things mixed together, I think it will be jinne kehnde sone te saaga, oh wali gal honi hai. Haan ji, but amkinu zyada maza ke chande Punjabi film aa te ke Bollywood film aa te, because jitto tusi Bollywood film te kaam karde ho ek atmosphere hunda hai ekdam professional like you know wala, but I think Punjabi industry te it's more like warm wala feeling, right? Dekho ji, mere liye khaas kar working in all films is the same, there is no difference, but Punjab, I'll to be very honest, meri mitti hai, ethe da रहन सहन, खाना पीना, आबो हवा, ये मैं कितने भी होर नहीं मिलती. नो मैटर वेयर आई एम, नो मैटर हाउ ग्रेट द रोल इज, व्हाट आई गेट हियर, जिहड़ा अपनापन मैं मिलता है, वो मैं मेरी बड़ी यादा जुड़ियाँ है ना, मेरे मदर दी, मेरे फादर दी, सारे दी. ते ऑब्वियसली शूटिंग इन पंजाब ऑलवेज हैज ए एज अबव द अदर्स. ये तो वो थाँ है कि मैं जो शूटिंग ना भी हो ता भी आ जाता है, चलो गेड़ा मारे ये सोच ले दैट. तुसी अपना करियर स्टार्ट किया फ्रॉम टेलीविजन एंड आई मीन 2012 तुसी पंजाबी है ना फिल्मों से तुसी डेब्यू किया एंड इट्स बीन लाइक 7 years आई गेस. सो आज व्हेन यू लुक बैक एट योर जर्नी, आई मीन हाउ कंटेंटेड यू फील, हाउ सैटिस्फाइड यू फील विद योरसेल्फ? ओह, नॉट एट ऑल. एक्टर्स, दैट्स आई गेस द हिडन आयरनी. It's very ironic that the day you get satisfied with yourself, you're going to stop acting then. So to that extent, I'm not at all satisfied. But certain roles have come about in the recent past. Certain things have transpired, which have been very encouraging, and has given me some good indications of what might lie in the future. So from that yardstick, well, you could say I'm satisfied there. But as an actor, I still think that I have a lot more to do and a lot more to show. Yeah. कोई urge है अमुकुल दिया कि you know I want to do इस तरह के like किरदार as an actor, कोई urge है? To be very honest, the urge that I have is that now with the onset of web platforms and even so many young people, youngsters that are coming with content that they're making, so I want to be a part of those ventures where the brainwave behind the whole content is driven by somebody who's young, somebody who thinks out of the box, and somebody who's got in something fresh and very realistic. So I'd like to work with directors like that, directors who I don't know from where they come, who they are, complete strangers, and I want them to sort of see me as an individual, also as a stranger, not the actor who they knew earlier. So that's a very exciting space to be in as an actor. Yeah. Kis future ch assi Mukul nu web series digital di duniya ch vi assi dekh sakde ha, because aaj kal hai na that is like ruling a lot. Absolutely. Absolutely. There's no doubt about that, and wherever there is good content, you'll see an actor being drawn towards that. And if it's a web series, then so be it, I guess. ਜਿਵੇਂ ਕਿਆ ਕੀ ਆਈ ਮੀਨ ਆਫਟਰ ਯੂ نو ਸਾਖ ਤੋਂ ਬਾਅਦ ਹੋਰ ਕਿਹੜੇ ਕਿਹੜੇ ਪ੍ਰੋਜੈਕਟਸ ਹੈ ਤੇ ਹੋ ਤੁਸੀਂ ਕੀ ਧਮਾਲਾ ਪਾਉਣ ਵਾਲੇ ਹੋ? ਸਾਖ ਤੋਂ ਬਾਅਦ ਜੀ ਹੁਣ ਮੇਰੀ ਵੈਬ ਸੀਰੀਜ਼ ਆਉਣ ਲੱਗੀ ਹੈ ਵਿਕਰਮ ਭੱਟ ਦੀ, ਡਾਇਰੈਕਟਡ ਬਾਈ ਹਿਸ ਡਾਟਰ ਕ੍ਰਿਸ਼ਨਾ ਭੱਟ, ਇਟਸ ਕਾਲਡ ਮਾਇਆ. ਐਂਡ ਆਫਟਰ ਦੈਟ ਦੇਰ ਇਜ਼ ਅਨਦਰ ਵੈਬ ਸੀਰੀਜ਼ ਕਮਿੰਗ ਇਨ ਔਨ Z5 ਵਿਚ ਇਜ਼ ਕਾਲਡ ਬਲੈਕ ਟੋਰਨੇਡੋ, ਵਿਚ ਇਜ਼ ਬੇਸਡ ਔਨ ਦ 26/11 ਅਟੈਕਸ ਇਨ ਮੁੰਬਈ. ਐਂਡ ਦੈਨ ਦੇਰ ਇਜ਼ ਅ ਫਿਲਮ ਕਾਲਡ ਕਰਤਾਰ ਸਿੰਘ ਸਰਾਵਾ, ਵਿਚ ਇਜ਼ ਡਾਇਰੈਕਟਡ ਬਾਈ ਦ ਵੈਰੀ ਵੈਲ ਨੋਨ ਕਬੀਰਾਜ ਸਰ. So these are three projects that I'm really looking at. A lot more in the plate, right? Yes, yeah, yes, yeah, a lot. Mukul, jo main puchna hai na, like chahiye ki log aksar kehte hain ki jab wo web series se kaam karte hain na, koi restrictions nahi hundi hai, I mean they have more freedom, I mean is it so?
Well, it all depends on how you're looking at it. If you're looking at just the parameters of acting, well, yes, there is a lot of freedom. Because for the simple reason that a web series gives you an opportunity to go and dwell into every character's life. In a film, you get 2 hours, 2.5 hours. But in a web series, you get 1 hour in every episode to go into each and every character, see their life. So that way, yeah, there's a lot of creative liberty. It was lovely talking to you, but jaan to pehla tu apne fans le ki kehna, you know, chahoge, I mean, jo hamesha, I mean, they look forward to what? Fans le ye ki ye jada logo hai, ABP, it's been, ABP Sanjay, it's my, one of my favorite ones. Most of the interviews that I've done on this, they've turned out really superb. Okay. And talking to this, remember this logo, ABP Sanjay, it's always a pleasure. Our pleasure too, Mukul. Thank you so much. So, it's our very talented actor, Mukul Dev, cameraman, Girish Dhanal, Pallavi, Sony Movie, Sanjha, Chandigarh. Punjab di har vadi khabar dekhan le, ABP Sanjha te jaake bell icon dabao, te ABP Sanjha nu subscribe karo. Desh duniya di har vadi khabar, tuhade apne bharosemand channel, ABP Sanjha. Tusi vekh rahe ho, ABP Sanjha, Josh, Jazba, Junoon.